ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਸੋਈ ਗੈਸ ਸਬਸਿਡੀ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਤੁਹਾਡੇ ਖਾਤੇ ਦੇ ਵਿੱਚ ਹੁਣ 200 ਰੁਪਿਆ ਆਵੇਗਾ ਤਾਂ ਉਹ ਸਹੀ ਤਰੀਕੇ ਨਾਲ ਤੁਹਾਡੇ ਖਾਤੇ ਦੇ ਵਿੱਚ ਆਵੇ ਕੋਈ ਦਿੱਕਤ ਨਾ ਆਵੇ ਤਾਂ ਉਹਦੇ ਲਈ ਤੁਹਾਨੂੰ ਕੁਝ ਬੇਸਿਕ ਗੱਲਾਂ ਨੇ ਉਹਨਾਂ ਦਾ ਧਿਆਨ ਰੱਖਣਾ ਹੋਵੇਗਾ ਤੁਹਾਨੂੰ ਸਾਰੀ ਜਾਣਕਾਰੀ ਦੇਣ ਜਾ ਰਿਹਾ ਤੇ ਇਸ ਦੇ ਵਿੱਚ ਪਹਿਲੀ ਗੱਲ ਹੈ ਕਿ ਜਦੋਂ ਵੀ ਤੁਸੀਂ ਗੈਸ ਸਿਲੰਡਰ ਭਰਾਉਣ ਜਾਂਦੇ ਹੋ ਤਾਂ ਤੁਹਾਡੇ ਜਿਹੜੀ ਪਾਸਬੁੱਕ ਹੈ ਜਿਸ ਨੂੰ ਆਪਾਂ ਕਾਪੀ ਕਹਿ ਦਿੰਦੇ ਆ ਤਾਂ ਉਸ ਤੇ ਐਂਟਰੀ ਕਰਵਾਉਣੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਆਪਾਂ ਇਹਦੇ ਵਿੱਚ ਕਰਦੇ ਆ ਕਾਫੀ ਟਾਈਮ ਤੋਂ ਸਬਸਿਡੀ ਬੰਦ ਹੋ ਚੁੱਕੀ ਸੀ ਤਾਂ ਕਈ ਲੋਕਾਂ ਦੇ ਜਿਹੜੇ ਖਾਤੇ ਵੀ ਆ ਉਹ ਬੰਦ ਹੋ ਚੁੱਕੇ ਨੇ ਤਾਂ ਤੁਸੀਂ ਇੱਕ ਵਾਰੀ ਆਪਣਾ ਖਾਤਾ ਜ਼ਰੂਰ ਚੈੱਕ ਕਰਵਾਓ ਤੁਹਾਡਾ ਖਾਤਾ ਕਿਸੇ ਕਾਰਨ ਬੰਦ ਤਾਂ ਨਹੀਂ ਹੋਇਆ ਜੇਕਰ ਬੰਦ ਹੋਇਆ ਤਾਂ ਉਸ ਨੂੰ ਦੁਬਾਰਾ ਚਾਲੂ ਕਰਵਾ ਲਓ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਤੁਹਾਡਾ ਆਧਾਰ ਕਾਰਡ ਜਿਹੜਾ ਹੈਗਾ ਉਹ ਤੁਹਾਡੇ ਮੋਬਾਈਲ ਨੰਬਰ ਨਾਲ ਵੀ ਲਿੰਕ ਹੋਣਾ ਚਾਹੀਦਾ ਤੇ ਤੁਹਾਡੇ ਖਾਤੇ ਦੇ ਨਾਲ ਵੀ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਨਹੀਂ ਲਿੰਕ ਹੋਇਆ ਤਾਂ ਇਹਨਾਂ ਨੂੰ ਲਿੰਕ ਜਰੂਰ ਕਰਵਾ ਲਓ ਜੇਕਰ ਤੁਹਾਡਾ ਖਾਤਾ ਹੈਗਾ ਉਹ ਤੁਹਾਡੇ ਮੋਬਾਈਲ ਨੰਬਰ ਨਾਲ ਨਹੀਂ ਲਿੰਕ ਹੈਗਾ ਤਾਂ ਤੁਹਾਡੇ ਮੋਬਾਈਲ ਨੰਬਰ ਤੇ ਮੈਸੇਜ ਨਹੀਂ ਆਉਂਦਾ ਮੈਸੇਜ ਆਉਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਜਿਹੜੀ ਸਬਸਿਡੀ ਤੁਹਾਡੇ ਖਾਤੇ ਦੇ ਵਿੱਚ ਟਰਾਂਸਫਰ ਹੁੰਦੀ ਹੈ ਤਾਂ ਤੁਹਾਨੂੰ ਜਿਹੜਾ ਮੈਸੇਜ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਤੁਹਾਨੂੰ ਉਸ ਨਾਲ ਪਤਾ ਲੱਗ ਜਾਵੇਗਾ ਕਿ ਸਾਡੀ ਸਬਸਿਡੀ ਸਹੀ ਤਰੀਕੇ ਨਾਲ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਜੇਕਰ ਨਹੀਂ ਚੱਲ ਰਹੀ ਤਾਂ ਉਹ ਤੁਸੀਂ ਜਾ ਕੇ ਦਫ਼ਤਰ ਦੇ ਵਿੱਚ ਸਹੀ ਕਰਵਾ ਸਕਦੇ ਹੋ ਜੇਕਰ ਸਾਰਾ ਕੁਝ ਸਹੀ ਹੋਣ ਦੇ ਬਾਵਜੂਦ ਵੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਆਉਂਦੇ ਤਾਂ ਤੁਸੀਂ ਇੱਕ ਵਾਰ ਐਲਪੀਜੀ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਖਾਤਾ ਤੇ ਆਪਣੀ ਜਿਹੜੀ ਪਾਸਬੁੱਕ ਹੈ ਉਹ ਵੈਰੀਫਾਈ ਜ਼ਰੂਰ ਕਰਵਾ ਲਓ ਚੈੱਕ ਜ਼ਰੂਰ ਕਰਵਾ ਲਓ ਤਾਂ ਜੋ ਤੁਹਾਡੇ ਭੁਗਤਖ ਦੇ ਵਿੱਚ ਕੋਈ ਦਿੱਕਤ ਨਾ ਆਵੇ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਏ ਸੀਗੇ ਤੁਹਾਡਾ ਬਹੁਤ ਬਹੁਤ ਧੰਨਵਾਦ